ਕਲਾਸ 9 ਦੇ ਪੰਜਾਬੀ ਦੇ ਸਿਲੇਬਸ ਵਿੱਚ ਸਾਡੇ ਕੋਲ ਜਿਹੜੀ ਦੂਜੀ ਪੋਇਮ ਆਂਦੀ ਹੈ ਉਹ ਆਂਦੀ ਹੈ ਵਿਸਾਖੀ ਦਾ ਮੇਲਾ ਬਾਈ ਤਨੀਰਾਮ ਛਾਤ੍ਰਿਕ ਸੁਤਨੀਰਾਮ ਛਾਤ੍ਰਿਕ ਦੀ ਜਿਹੜੀ ਪੋਇਮ ਹੈ ਵਿਸਾਖੀ ਦਾ ਮੇਲਾ ਜਿਹੜੀ ਸੈਕਿੰਡ ਨੰਬਰ ਤੇ ਹੈ ਟੈਕਸਟ ਬੁੱਕ ਤੇ ਉਹ ਅਸੀਂ ਪੜਾਂਗੇ ਪਹਿਲੇ ਅਸੀਂ ਰਾਈਟਰ ਬਾਰੇ ਥੋੜਾ ਬਹੁਤ ਪੜ ਲੈਨੇ ਆਂ ਤਨੀ ਰਾਮ ਚਾਤ੍ਰਿਕ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਪਿਤਾ ਸ਼੍ਰੀ ਪੋਹੋਮਲ ਅਤੇ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਦੇ ਘਰ ਪਿੰਡ ਪਸਿਆਂ ਵਾਲਾ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ ਸੋ ਉਹ ਇਹਨਾਂ ਦਾ ਜਿਹੜਾ ਬਰਥ ਪਲੇਸ ਹੈ ਉਹ ਸਿਆਲਕੋਟ ਯਾਨੀ ਪਾਕਿਸਤਾਨ ਦਾ ਹੈ ਲਾਲਾ ਤਨੀ ਰਾਮ ਚਾਤ੍ਰਿਕ ਪੰਜਾਬੀ ਦੇ ਆਧੁਨਿਕ ਸ਼੍ਰੋਮਣੀ ਕਵੀਆਂ ਵਿੱਚ ਹਨ ਯਾਨੀ ਹੀ ਇਜ਼ ਵੈਰੀ ਫੇਮਸ ਪੰਜਾਬੀ ਪੋਇਟਰੀ ਵਿੱਚ ਖਾਸ ਕਰਕੇ ਜੀਵਨ ਦਾ ਬੌਤਸਮਾ ਅੰਮ੍ਰਿਤਸਰ ਵਿੱਚ ਬਿਤਾਇਆ ਆਪ ਨੇ ਪਾਈ ਵੀਰ ਸਿੰਘ ਜੀ ਦੇ ਵਜ਼ੀਰ ਹਿੰਦੂ ਪ੍ਰੈਸ ਵਿੱਚ ਨੌਕਰੀ ਵੀ ਕੀਤੀ ਯਾਨੀ ਇਹਨਾਂ ਨੇ ਪਾਈ ਵੀਰ ਸਿੰਘ ਦੇ ਅੰਡਰ ਵੀ ਕੰਮ ਕੀਤਾ ਅਤੇ ਆਪਣਾ ਇੰਡੀਵਿਜੂਅਲੀ ਵੀ ਕੰਮ ਕਰਦੇ ਰਹੇ ਤੇ ਪੋਇਟਰੀ ਵਿੱਚ ਇਹਨਾਂ ਦਾ ਜਿਹੜਾ ਹੈ ਜਿਆਦਾ ਕੰਮ ਹੈ ਇਹਨਾਂ ਦੀ ਜਿਹੜੀ ਪਹਿਲੀ ਪੋਇਮ ਹੈ ਉਹ ਸਾਡੇ ਸਿਲੇਬਸ 'ਚ ਨਹੀਂ ਹੈ ਦੂਜੀ ਪੋਇਮ ਹੈ ਅਤੇ ਦੂਜੀ ਪੋਇਮ ਦਾ ਨਾਮ ਹੈ ਵਿਸਾਖੀ ਦਾ ਮੇਲਾ ਪੜਨਾ ਸ਼ੁਰੂ ਕਰਦੇ ਆਂ ਪੱਕ ਪਈਆਂ ਕਣਕਾਂ ਲੁਕਾਟ ਰਸੀਆਂ ਯਾਨੀ ਕਿ ਕਣਕਾਂ ਜਿਹੜੀਆਂ ਨੇ ਉਹ ਪੱਕ ਗਈਆਂ ਨੇ ਜਦ ਕਣਕਾ ਪੱਕ ਜਾਂਦੀ ਆ ਨੇ ਤਾਂ ਹੀ ਅਸੀਂ ਵਿਸਾਖੀ ਮਨਾਉਂਦੇ ਆਂ ਤੇ ਐਸੀ ਤੋਂ ਪੋਇਮ ਦੀ ਪਹਿਲੀ ਲਾਈਨ ਦੀ ਸ਼ੁਰੂਆਤ ਹੈ ਲੁਕਾਟ ਰਸੀਆਂ ਯਾਨੀ ਲੁਕਾਟ ਇੱਕ ਟਾਈਪ ਦਾ ਫਰੂਟ ਹੈ ਜਿਹੜਾ ਰਸ ਪਿਆ ਯਾਨੀ ਪੱਕ ਗਿਆ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਨਾਲ ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ਯਾਨੀ ਅੰਬਾਂ ਨੂੰ ਬੂਰ ਆ ਗਿਆ ਯਾਨੀ ਬਿਲਕੁਲ ਪਰਫੈਕਟ ਹੋ ਗਏ ਨੇ ਉਹ ਖਾਣ ਵਾਸਤੇ ਅਤੇ ਗੁਲਾਬ ਜਿਹੜਾ ਉਹ ਹੱਸ ਰਿਹਾ ਬਾਗਾ ਉੱਤੇ ਰੰਗ ਫਿਰਿਆ ਬਹਾਰ ਨੇ 베ਰੀਆਂ ਲਿਫਾਈਆਂ ਟਾਣੀਆਂ ਦੇ ਭਾਰ ਨੇ ਯਾਨੀ ਜਦ ਕੋਈ ਫਰੂਟ ਜਿਹੜਾ ਹੈ ਉਹ ਜਿਆਦਾ ਭਾਰੀ ਹੋ ਜਾਂਦਾ ਹੈ ਹੋ ਜਾਂਦਾ ਹੈ ਤੇ ਉਹਦੀ ਟਾਣੀ ਜਿਹੜੀ ਹੈ ਲਿਫ ਜਾਂਦੀ ਹੈ ਯਾਨੀ ਥੱਲੇ ਨੂ ਚੁੱਕ ਜਾਂਦੀ ਹੈ ਯਾਨੀ ਆਸ-ਪਾਸ ਦਾ ਐਟਮੋਸਫੇਅਰ ਹੈ ਨਾ ਅੱਛਾ ਹੈ ਕਿ ਫਰੂਟਸ ਬਿਲਕੁਲ ਪੱਕੇ ਨੇ ਕਣਕਾਂ ਪੱਕ ਗਈਆਂ ਨੇ ਤੇ ਵਿਸਾਖੀ ਦੇ ਮੇਲੇ ਦਾ ਪੂਰਾ ਮਾਹੌਲ ਜਿਹੜਾ ਹੈ ਉਹ ਤਿਆਰ ਹੈ ਪੰਗੂਰੀਆਂ ਵੱਲਾਂ ਵੇਲਾ ਰੁਖੀਆਂ ਚੜੀਆਂ ਫੁੱਲਾਂ ਹੀਠੋ ਫਲਾਂ ਨੇ ਭਰੋਈਆਂ ਲੜੀਆਂ ਸਾਈ ਦੀ ਨਿਗਾਹ ਜਗ ਤੇ ਸਵੱਲੀ ਹੈ ਚਲਨੀ ਪ੍ਰੇਮੀਏ ਵਿਸਾਖੀ ਚਲੀਏ ਯਾਨੀ ਉਹ ਕਹਿ ਰਿਹਾ ਸਾਈ ਦੀ ਨਿਗਾਹ ਯਾਨੀ ਉਸ ਈਸ਼ਵਰ ਦੀ ਨਿਗਾਹ ਜਿਹੜੀ ਹੈ ਉਹ ਸਭ ਤੇ ਸਵੱਲੀ ਹੈ ਯਾਨੀ ਉਹ ਸਾਡੇ ਉੱਤੇ ਕਿਰਪਾ ਵਰਸਾ ਰਿਹਾ ਆਪਣੀ ਤੇ ਫਿਰ ਉਹ ਆਪਣੀ ਕਰਵਾਲੀ ਨੂੰ ਜਾਂ ਆਪਣੀ ਪ੍ਰੇਮੀ ਨੂੰ ਕਹਿਣ ਦੀ ਕੋਸ਼ਿਸ਼ ਕਰਦਾ ਚਲਨੀ ਪ੍ਰੇਮੀਏ ਵਿਸਾਖੀ ਚਲੀਏ ਯਾਨੀ ਇੰਨਾ ਅੱਛਾ ਐਟਮੋਸਫੇਅਰ ਹੋ ਰਿਹਾ ਫਰੂਟਸ ਪੱਕ ਗਏ ਨੇ ਤੇ ਸਭ ਕੁਝ ਬਹੁਤ ਵਧੀਆ ਹੈ ਤੇ ਜਿਵੇਂ ਪਹਿਲੇ ਦੇ ਟਾਈਮ 'ਚ ਸੋਰਸ ਆਫ ਐਂਟਰਟੇਨਮੈਂਟ ਲੋਕਾਂ ਦਾ ਮੇਲਾ ਸੀਗਾ ਯਾਨੀ ਮੇਲੇ ਲੱਗਦੇ ਸੀ ਤੇ ਲੋਕ ਜਾਂਦੇ ਸੀ ਉਹੀ ਕੁਝ ਰਾਈਟਰ ਜਿਹੜਾ ਉਹ ਕਹਿਣ ਦੀ ਇੱਥੇ ਕੋਸ਼ਿਸ਼ ਕਰ ਰਿਹਾ ਹੈ ਕਰ ਰਿਹਾ ਦੂਰ ਦੂਰ ਤੋਂ ਵਣ ਜਾਰੇ ਆਏ ਨੇ ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਾਏ ਨੇ ਗੱਜਰਿਆਂ ਤੇ ਵਾਂਗਾ ਦਾ ਨਾ ਅੰਤ ਕੋਈ ਹੈ ਯਾਨੀ ਹੁਣ ਉਹ ਮੇਲੇ 'ਚ ਪਹੁੰਚ ਗਿਆ ਉੱਥੇ ਜਾ ਕੇ ਉਹ ਮੇਲੇ ਦਾ ਜਿਹੜਾ ਐਥਮੋਸਫੀਅਰ ਹੈ ਉਹ ਇਸ ਪੋエム 'ਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਮੁੰਡੀ ਚੂਟੇ ਗੈਣੀਆਂ ਆਦੀ ਲੱਗੀ ਹੋਈ ਐ ਹੱਟੀਆਂ ਹਜ਼ਾਰਾ ਹਲਵਾਈਆਂ ਪਾਈਆਂ ਨੇ ਸੌਂਕਣੇ ਸੁਗਾਤਾ ਨਾਲੋਂ ਹੋਰ ਆਈਆਂ ਨੇ ਹੱਟੀ ਹੱਟੀ ਸ਼ੌਕੀਆਂ ਆਦੀ ਪੀੜ ਖੱਲੀ ਐ ਚਲਨੀ ਪ੍ਰੇਮੀ ਵਿਸਾਖੀ ਚੱਲੀਏ ਯਾਨੀ ਕਿ ਮੇਲੇ ਦੇ ਅੰਦਰ ਹਲਵਾਈ ਨੇ ਹਲਵਾਈ ਕੀ ਕਰ ਰਹੇ ਨੇ ਮਠਾਈਆਂ ਬਣਾ ਰਹੇ ਨੇ ਮਠਾਈਆਂ ਵੇਚ ਰਹੇ ਨੇ ਅੰਦਰ ਮੇਲੇ ਦੇ ਗਜਰੇ ਵਾਲੇ ਨੇ ਸੋਹਣੇ ਸੋਹਣੇ ਲੋਕ ਨੇ ਸੋਹਣੇ ਸੋਹਣੇ ਲੋਕ ਸੋਹਣੇ ਸੋਹਣੇ ਕੱਪੜੇ ਪਾ ਕੇ ਆਏ ਨੇ ਤਰਤਰਾ ਦੀਆਂ ਚੀਜ਼ਾਂ ਵਿਕਰੀਆਂ ਨੇ ਤੇ ਜਿਹੜਾ ਮੇਲੇ ਦਾ ਮਾਹੌਲ ਹੈ ਉਹ ਬਹੁਤ ਅੱਛਾ ਹੈ ਤੇ ਅੰਤ ਵਿੱਚ ਇੱਕ ਲਾਈਨ ਦੁਬਾਰਾ ਫਸ ਪੈਰਾਗ੍ਰਾਫ ਤੋਂ ਰਿਪੀਟ ਹੋ ਰਹੀ ਹੈ ਚਲਨੀ ਪ੍ਰੇਮੀ ਹੈ ਵਿਸਾਖੀ ਚਲੀਏ ਜੋ ਪੋਇਮ ਦੇ ਐਂਡ ਤੱਕ ਰਿਪੀਟ ਹੋਏਗੀ ਥਾਈ ਥਾਈ ਖੇਡਾਂ ਤੇ ਪੰਗੂੜੇ ਆਏ ਨੇ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਯਾਨੀ ਅਲੱਗ ਅਲੱਗ ਜਿਹੜੇ ਚੂਲੇ ਲੱਗੇ ਹੋਏ ਨੇ ਉਹਨੇ ਮਦਾਰੀ ਆਏ ਨੇ ਜਿਹੜੇ ਬੁੰਦਰ ਦਾ ਤਮਾਸ਼ਾ ਦਿਖਾ ਰਹੇ ਨੇ ਵੰਝਲੀ ਲੋਗਾਟ ਕਾਟੋ ਤੰਬੂ ਤੁੰਬਾ ਵੱਜਦਾ ਵਿਛਾ ਵਿੱਚ ਸੂਰੇ ਪਹਿਲਵਾਨ ਗਜਦੇ ਯਾਨੀ ਅਲੱਗ ਅਲੱਗ ਲੋਕ ਅਲੱਗ ਅਲੱਗ 뮤지컬 ਇਨਸਟਰੂਮੈਂਟ ਵਜਾ ਰਹੇ ਨੇ ਤੇ ਜਿਹੜੇ ਪਹਿਲਵਾਨ ਨੇ ਉਹ ਕੁਸ਼ਤੀ ਲੜ ਰਹੇ ਨੇ ਇਕੱਠਾ ਹੋ ਕੇ ਆਇਆ ਰੋਲਾ ਸਾਰੇ ਜਗ ਦਾ ਪੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ਯਾਨੀ ਕਿ ਸਾਰਾ ਜਗ ਹੀ ਜਿਹੜਾ ਇੱਥੇ ਇਕੱਠਾ ਹੋ ਕੇ ਆ ਗਿਆ ਤੇ ਮੋਢੇ ਨਾਲ ਮੋਢਾ ਜਿਹੜਾ ਵੱਜਦਾ ਪਿਆ ਤੇ ਲੋਕ ਇੱਥੇ ਆਏ ਹੋਏ ਨੇ ਕੋਹਾ ਵਿੱਚ ਮੇਲੇ ਦੀ ਜ਼ਮੀਨ ਮੱਲੀ ਹੈ ਯਾਨੀ ਕਿ ਮੇਲਾ ਜਿਹੜਾ ਉਹ ਬਹੁਤ ਵੱਡੀ ਜ਼ਮੀਨ ਤੇ ਲੱਗ ਗਿਆ ਹੈ ਯਾਨੀ ਬਹੁਤ ਜ਼ਿਆਦਾ ਏਰੀਆ ਕਵਰਡ ਹੈ ਚਲਨੀ ਪ੍ਰੇਮੀਏ ਵਿਸਾਖੀ ਚਲਿਏ ਅਤੇ ਐਂਡ ਜੋ ਇਹ ਕਹਿੰਦਾ ਚਲਨੀ ਪ੍ਰੇਮੀ ਵਿਸਾਖੀ ਚਲੀਏ ਤੇ ਇਹ ਪੋエム ਜਿਹੜੀ ਹੈ ਪੂਰੇ ਵਿਸਾਖੀ ਦੇ ਮੇਲੇ ਨੂੰ ਐਕਸਪਲੇਨ ਕਰਦੀ ਹੈ ਪਹਿਲੇ ਜਾਣ ਦੀ ਗੱਲ ਕਰਦੀ ਹੈ ਫਿਰ ਉੱਥੇ ਦਾ ਮਾਹੌਲ ਦੱਸਦੀ ਹੈ ਲੋਕਾਂ ਬਾਰੇ ਦੱਸਦੀ ਹੈ ਕੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸੋ ਐਸੀ ਹੀ ਪੋエム ਵਿਸਾਖੀ ਦਾ ਮੇਲਾ ਬਾਈ ਤਨੀਰਾਮ ਚਾਤ੍ਰਿਕ